ਧੰਨ ਧੰਨ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲੇ ਦੌਰਾਨ 11 ਫਰਵਰੀ ਅੱਖਾਂ ਦਾ ਕਰੀਬ 20ਵਾਂ ਮੁਫਤ ਆਪਰੇਸ਼ਨ ਕੈਂਪ NRI ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਲਗਾਇਆ ਗਿਆ। ਇਸ ਮੌਕੇ ਬਿਨਾਂ ਟਾਂਕੇ ਵਾਲੇ ਆਪਰੇਸ਼ਨ ਅਤੇ ਮੁਫਤ ਲੈਂਜ ਪਾਏ ਜਾ ਰਹੇ ਹਨ ਅਤੇ ਦ੍ਰਿਸ਼ਟੀ ਆਇਰ ਕੇਅਰ ਬੰਗਾ ਦੇ ਡਾਕਟਰ ਅਤੇ ਉਹਨਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਐਨਕਾਂ ਦਿੱਤੀਆਂ ਜਾ ਰਹੀਆਂ ਹਨ। ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਹਰ ਸਾਲ ਦੀ ਤਰ੍ਹਾਂ ਪਿੰਡ ਗਰਚਾ ਦੇ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਜੋ ਅੱਖਾਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾਂਦਾ ਹੈ ਉਸ ਦੀ ਇੱਕ ਵਿਸ਼ੇਸ਼ ਰਿਪੋਰਟ। ਭਾਈ 100 ਨੰਬਰ ਤੱਕ ਆ ਜਾਓ। ਕਿੰਨੇ ਸਾਲਾਂ ਤੋਂ ਤੁਸੀਂ ਬਿਨਾ ਦੂਸਰਾ ਟਾਂਕੇ ਵਾਲੇ ਆਪਰੇਟ ਹੁੰਦੇ ਆ, ਦੂਸਰੇ ਹਲਕੇ ਵਾਲੇ ਲੈਂਜ਼ ਪਾਏ ਜਾਂਦੇ ਨੇ, ਇਹਦੇ 'ਚ ਕੋਈ ਟਾਂਕਾ ਵਗੈਰਾ ਨਹੀਂ ਲੱਗਦਾ ਹੈ। ਫਿਰ ਉਹ ਤੇ ਕਾਮਯਾਬ ਹੀ ਹੈ, ਬਿਲਕੁਲ ਕਾਮਯਾਬ ਹੈ, ਹਰ ਸਾਲ ਇੱਥੇ ਲੱਗਦਾ ਹੈ, ਕਈ ਸਾਲਾਂ ਤੋਂ ਇੱਥੇ ਕੈਂਪ ਲੱਗ ਰਿਹਾ ਆ। ਹਾਂਜੀ, ਮੇਰੀ ਵੀ ਉਮਰ 16 ਸਾਲ ਦੀ ਸੀ ਉਦੋਂ ਜਦੋਂ ਪੈਸਾ। ਹਾਂਜੀ ਹਾਂਜੀ, ਕਈ ਸਾਲ ਹੋ ਗਏ, 8-10 ਸਾਲ ਤੋਂ 8-10 ਸਾਲ ਤੱਕ ਹੋ ਗਏ ਇੱਥੇ ਲੱਗਦੇ ਨੂੰ। ਠੀਕ ਹੈ, ਸ਼ੁਕਰੀਆ। ਮਤਲਬ ਇਹ ਕਹਿਣ ਦਾ ਆਪਰੇਸ਼ਨ ਕਰ ਦਿੱਤਾ ਜਾਂਦਾ, ਪਹਿਲਾਂ ਬਕਾਇਦਾ ਉਹ ਚੈੱਕ ਕੀਤਾ ਜਾਂਦਾ। ਮਤਲਬ ਇਹ ਹੈ ਸਰ, ਪਹਿਲਾਂ ਸਾਡੇ ਟੈਸਟ ਕੰਪਲੀਟ ਹੋਣੇ ਚਾਹੀਦੇ, ਟੈਸਟ ਕੰਪਲੀਟ ਹੋਣ ਤੋਂ ਬਾਅਦ ਹੀ ਅਸੀਂ ਆਪਰੇਸ਼ਨ ਕਰਦੇ ਹਾਂ, ਤਾਂ ਕਿ ਸਾਨੂੰ ਪੇਸ਼ੈਂਟ ਦੀ ਕੰਡੀਸ਼ਨ ਬਾਰੇ ਪਤਾ ਚੱਲੇ ਵੀ ਕੀ ਕੰਡੀਸ਼ਨ ਹੈ ਪੇਸ਼ੈਂਟ ਦੀ, ਕੋਈ ਦਿੱਕਤ ਨਾ ਆਵੇ। ਹਾਂਜੀ, ਤਾਂ ਕਿ ਕੱਲ੍ਹ ਨੂੰ ਕਿਸੇ ਵੀ ਪ੍ਰੋਬਲਮ ਦਾ ਸਫ਼ਰ ਨਾ ਕਰਨਾ ਪਵੇ ਪੇਸ਼ੈਂਟ ਨੂੰ। ਠੀਕ ਹੈ, ਸ਼ੁਕਰੀਆ, ਓਕੇ।
ਹਾਂਜੀ ਸਤਿ ਸ਼੍ਰੀ ਅਕਾਲ ਮੈਡਮ, ਤੁਹਾਡਾ ਨਾਮ ਕੀ ਹੈ ਜੀ? ਤੁਸੀਂ ਮੇਰੀ ਦ੍ਰਿਸ਼ਟੀ ਆਈ ਕੇਅਰ ਤੋਂ ਹੈ ਨਾ ਆਏ ਹੈਗੇ ਆ, ਇੱਥੇ ਕੀ ਕੰਮ ਕਰ ਰਹੇ ਹੋ ਤੁਸੀਂ ਇਸ ਵਕਤ? ਇਸ ਵਕਤ ਅਸੀਂ ਅੱਖਾਂ ਚੈੱਕ ਕਰ ਰਹੇ ਹਾਂ, ਨੇੜੇ ਦਾ ਨੰਬਰ ਦੇ ਰਹੇ ਹਾਂ। ਅੱਛਾ, ਮਤਲਬ ਹੈ ਕਿ ਪਹਿਲਾਂ ਅੱਖਾਂ ਚੈੱਕਅਪ ਹੋਣਗੀਆਂ, ਉਸ ਤੋਂ ਬਾਅਦ ਸਿਰ ਤੋਂ ਚੈੱਕ ਹੁੰਦਾ ਆ। ਅੱਛਾ, ਜਿਹਨਾਂ ਨੂੰ ਨੰਬਰ ਲੱਗਣਾ ਉਹਨਾਂ ਨੂੰ ਅਸੀਂ ਨੰਬਰ ਦਿੰਦੇ ਪਏ ਹਾਂ, ਜਿਹਨਾਂ ਦਾ ਆਪਰੇਸ਼ਨ ਆ ਤਾਂ ਉਹਨਾਂ ਨੂੰ ਆਪਰੇਸ਼ਨ ਲਈ ਭੇਜਿਆ ਜਾ ਰਿਹਾ ਵੀ ਉਹਨਾਂ ਦਾ ਆਪਰੇਸ਼ਨ ਹੋ ਜਾਏਗਾ। ਆਪਰੇਸ਼ਨ ਹੋ ਜਾਏਗਾ। ਇਹ ਜਿਹੜੀਆਂ ਐਨਕਾਂ ਹੈਗੀਆਂ ਚੈੱਕਅਪ ਹੋਣ ਤੋਂ ਬਾਅਦ ਦੇ ਵਿੱਚ ਆਣਗੀਆਂ? ਹਾਂਜੀ, ਤਾਂ ਜੋ ਐਤਵਾਰ ਨੂੰ ਮਿਲ ਜਾਏ, ਤਾਂ ਜੋ ਸਹੀ ਨੰਬਰ ਆ ਜਾਵੇ। ਹਾਂਜੀ ਹਾਂਜੀ, ਸ਼ੁਕਰੀਆ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਆ ਜਿਹੜਾ ਕੈਂਪ ਲੱਗ ਰਿਹਾ ਹੈਗਾ, ਇਹਦੇ ਬਾਰੇ ਕੋਈ ਗੱਲਬਾਤ ਕਰ ਦੱਸੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਅਤੇ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਦੀਆਂ ਸੰਗਤਾਂ ਜਿਹੜੀਆਂ ਮਨਾਉਂਦੀਆਂ ਆਈ ਨੇ ਪਹਿਲਾਂ ਤੋਂ, ਉਹਨਾਂ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਹੀ ਪਿੰਡ ਵਿੱਚ ਨਗਰ ਕੀਰਤਨ ਵੀ ਕੀਤਾ ਜਾਣਾ ਅਤੇ ਜੋੜ ਮੇਲਾ ਲਗਭਗ 70 ਸਾਲ ਤੋਂ ਹੁੰਦਾ ਆਇਆ। ਲਗਭਗ 20 ਸਾਲਾਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਅਦਲੀ ਜੀ ਦੀ ਉੱਦਮ ਨਾਲ ਅਤੇ NRI ਭਰਾਵਾਂ ਦੇ ਸਹਿਯੋਗ ਨਾਲ 20 ਵੀਹਵਾਂ ਕੁ ਇਹ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ, ਜਿਹਦੇ ਵਿੱਚ ਸਾਰੇ ਮਰੀਜ਼ਾਂ ਨੂੰ ਜਿਨ੍ਹਾਂ ਦੇ ਲੈਂਜ ਪੈਣੇ ਆ ਲੈਂਜ ਪਾਏ ਜਾਣੇ ਆ, ਜਿਨ੍ਹਾਂ ਦੀਆਂ ਅੱਖਾਂ 'ਚ ਦਵਾਈਆਂ ਫਰੀ ਸੇਵਾ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਹੀ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ, ਸਲਾਨਾ ਜੋੜ ਮੇਲੇ ਦਾ ਜਿਹੜਾ। ਅੱਛਾ ਭਾਅ ਜੀ, ਇਸ ਤੋਂ ਇਲਾਵਾ ਹੋਰ ਕੀ ਪ੍ਰੋਗਰਾਮ ਆ? ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ 22 ਤਰੀਕ ਨੂੰ ਨਗਰ ਕੀਰਤਨ ਹੈ, 23 ਤਰੀਕ ਨੂੰ ਭੋਗ ਪਾਉਣਾ ਅਤੇ 24 ਤਰੀਕ ਨੂੰ ਪਿੰਡ ਵੱਲੋਂ ਸਾਰੇ ਵੱਲੋਂ ਸਾਂਝਾ ਜਾਗ ਕੀਤਾ ਜਾਂਦਾ। ਸ਼ੁਕਰੀਆ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਇਹ ਜਿਹੜਾ ਅੱਜ ਅੱਖਾਂ ਦਾ ਇੱਥੇ ਕੈਂਪ ਲੱਗਾ ਆ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ 'ਤੇ, ਇਹ ਅੰਦਾਜ਼ਾ ਮੇਰੇ ਖਿਆਲ ਮੇਰੀ ਉਮਰ ਵੀ ਉਦੋਂ ਛੋਟੀ ਹੁੰਦੀ ਸੀਗੀ, ਇਹ ਪਹਿਲਾਂ ਗੁਰੂ ਨਾਨਕ ਮਿਸ਼ਨ ਵਾਲੇ ਉਹੀ ਡਾਕਟਰ ਆਉਂਦੇ ਆ ਹੁਣ? ਹਾਂ ਉਹੀ ਆਉਂਦੇ ਆ ਜੀ, ਜਿਹਨਾਂ ਦੇ ਜਿਹੜੇ ਹੁਣ ਬੱਗੇ ਆਉਂਦੇ ਆ ਪਹਿਲਾਂ ਜਲੰਧਰ ਸੀ। ਅੱਛਾ, ਕਿੰਨੇ ਕੁ ਸਾਲ ਹੋ ਗਏ ਆ ਕਰੀਬ? ਲੱਗਣ 19-20 ਸਾਲ ਹੋ ਅਤੇ ਮਤਲਬ ਇਹੀ ਡਾਕਟਰ ਕਰਦੇ ਹੈ? ਹਾਂਜੀ ਇਹੀ ਕਰਦੇ ਪਹਿਲਾਂ ਤੋਂ। ਅੱਛਾ, ਹੁਣ ਇਹ ਦੱਸੋ ਇਸ ਲੜੀ ਦੇ ਤਹਿਤ ਜਿਹੜਾ ਨਗਰ ਕੀਰਤਨ ਆ, ਉਹਦੇ ਬਾਰੇ ਤੁਸੀਂ ਕੀ ਹਦਾਇਤ ਖਾਸ ਦੇਣਾ ਚਾਹੁੰਦੇ ਆ? ਉਹਦੇ ਵਿੱਚ ਦੇਖੋ, ਇਹ 52ਵਾਂ ਨਗਰ ਕੀਰਤਨ ਆ ਮੇਰੇ ਟਾਈਮ 'ਚ। ਅੱਛਾ, ਉਸ ਵਿੱਚ ਜਿਹੜੇ ਪੰਜਾਬ ਦੇ ਪ੍ਰਸਿੱਧ ਧਾਗੇ ਆਉਂਦੇ ਆ, ਉਹ ਆਪਣੇ ਗੁਰਬਾਣੀ ਦੇ ਨਾਲ ਸਾਨੂੰ ਵਿਚਾਰਾਂ ਦੱਸਦੇ ਹਨ। ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦੇਵ ਦੇ ਸੰਬੰਧ ਵਿੱਚ ਇਹ ਸਾਡਾ ਇਹ ਨਗਰ ਕੀਰਤਨ ਚੱਲਦਾ ਹੈ, ਉਹਦੇ ਸੰਬੰਧ ਵਿੱਚ ਉਹ ਦੱਸਦੇ ਹਨ। ਬਹੁਤ ਸਾਰੇ ਜਿਹੜੇ ਰਾਗੀ ਆ ਉਹ ਖੁੱਲ੍ਹੇ ਦੀਵਾਨ ਵਿੱਚ ਆਉਂਦੇ ਆ। ਨਹੀਂ, ਹੁਣ ਹਦਾਇਤ ਖਾਸ ਕੀ ਦੇਣਾ ਚਾਹੁੰਦੇ? ਇਹ ਹੈ ਕਿ ਸਾਰੇ ਜਿੰਨੇ ਵੀ ਰਾਗੀ ਜਥੇ ਆਉਂਦੇ ਹਨ, ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਨਸ਼ਾ ਰਹਿਤ ਰਹਿਣ, ਕੋਈ ਸ਼ਰਾਬ ਨਾ ਪੀਵੇ, ਕੋਈ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰੇ। ਆਮ ਜਿਹੜੇ ਸ਼ਰਧਾਲੂ ਵੀ ਆ ਉਹਨਾਂ ਵੀ? ਹਾਂਜੀ, ਆਮ ਸ਼ਰਧਾਲੂ ਜਿਹੜੇ ਸਾਡੇ ਪਿੰਡ 'ਚ ਵੈਸੇ ਜਦੋਂ ਨਗਰ ਕੀਰਤਨ ਹੁੰਦਾ ਕੋਈ ਨਸ਼ਾ ਨਹੀਂ ਕਰਦਾ। ਅੱਛਾ, ਹਾਂਜੀ। ਅਤੇ ਆਮ ਜਿਹੜਾ ਆ, ਇਹ ਪੜਾਅ ਕਿੰਨੇ ਲੱਗਦੇ ਆ ਤਕਰੀਬਨ? 6 ਪੜਾਅ ਲੱਗਦੇ ਹਨ, 6 ਪੜਾਅਾਂ 'ਤੇ। ਇਹ ਕਿੰਨੀ ਤਰੀਕ ਨੂੰ ਨਗਰ ਕੀਰਤਨ ਅਤੇ ਕਿੰਨੇ ਕੁ ਵਜੇ ਸ਼ੁਰੂ ਹੋ ਜਾਣਾ? ਆਰੰਭ ਕਿੰਨੇ ਕੁ ਵਜੇ ਹੋ ਜਾਣਾ? ਕੀਰਤਨ ਹੈਗਾ 22 ਤਰੀਕ ਦਾ। ਅੱਛਾ, ਆਰੰਭ 11 ਵਜੇ ਤੋਂ ਆਰੰਭ ਹੁੰਦਾ, ਯਾਨੀ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੋਂ 11 ਵਜੇ ਹੁੰਦਾ, 7 ਵਜੇ 7 ਵਜੇ ਸਮਾਪਤੀ ਹੁੰਦੀ। ਅੱਛਾ, ਇਹਦੇ 'ਚ ਇੱਦਾਂ ਤਾਂ ਨਹੀਂ ਹੈਗਾ ਕਿ ਬੁਲਾਏ ਹੋਏ ਸਿਰਫ ਆਉਣਗੇ ਜਾਂ? ਨਹੀਂ ਨਹੀਂ, ਖੁੱਲ੍ਹਾ ਹੈ, ਕੋਈ ਵੀ ਰਾਗੀ ਆ ਸਕਦਾ। ਪੋਸਟਰ ਦੇ ਉੱਪਰ ਲਿਖਿਆ ਹੋਇਆ ਆ ਕਿ ਬਿਨ ਬੁਲਾਏ ਹੋਏ ਜਿਹੜੇ ਆ, ਮਤਲਬ? ਨਹੀਂ ਨਹੀਂ ਨਹੀਂ, ਉਹ ਜਿਹੜੇ ਅਸੀਂ ਦੋ ਜਿਹੜੇ ਆ, ਇੱਕ ਜਥਾ ਜਿਹੜਾ ਆ ਢਾਡੀ ਜਥਾ, ਅੱਛਾ ਅੱਛਾ, ਉਹਨੂੰ ਉਹ ਬੁਲਾਉਂਦੇ ਆ, ਉਹ ਇਨਵਾਈਟ ਕਰਦੇ ਆ, ਉਹ ਪੈਸੇ 'ਤੇ ਆਉਂਦਾ। ਠੀਕ ਹੈ, ਠੀਕ। ਬਾਕੀ ਕੋਈ ਪੈਸਾ ਨਹੀਂ ਹੈ, ਜੋ ਵੀ ਸੰਗਤ ਉਹਨਾਂ ਨੂੰ ਦਿੰਦੀ ਹੈ। ਅੱਛਾ, ਉਹਦੇ ਨਾਲ ਹੀ? ਉਹਦੇ ਨਾਲ ਹੀ ਚੱਲਦੇ, ਖੁੱਲ੍ਹਾ ਹੈ, ਮਤਲਬ ਬਿਨਾਂ ਨਸ਼ੇ ਤੋਂ ਆਉਣ ਜਿੰਨੇ ਵੀ ਆਉਣਾ, ਗੁਰਮਰਿਆਦਾ ਦੇ ਤਹਿਤ ਜਿਹੜਾ ਆ ਉਹ ਨਗਰ ਕੀਰਤਨ 'ਚ ਸ਼ਾਮਿਲ ਹੋ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਬਾਬਾ ਅਦਲੀ ਜੀ ਪ੍ਰਬੰਧਕ ਕਮੇਟੀ ਗਰਚਾ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੂਰਵ ਦੇ ਸੰਬੰਧ ਦੇ ਵਿੱਚ ਸਾਲਾਨਾ ਜੋੜ ਮੇਲਾ ਮਿਤੀ 21-22-23 ਅਤੇ 24 ਫਰਵਰੀ 2024 ਨੂੰ ਕਰਵਾਇਆ ਜਾਵੇਗਾ। ਇਸ ਮੌਕੇ ਦੇ ਉੱਪਰ ਅੱਜ ਮਿਤੀ 11 ਫਰਵਰੀ 2024 ਨੂੰ ਅੱਖਾਂ ਦਾ ਇਸ ਮੌਕੇ ਦੇ ਉੱਪਰ ਮੁਫਤ ਆਪਰੇਸ਼ਨ ਕੈਂਪ ਚੱਲ ਰਿਹਾ ਹੈ, ਜਿਸ ਦੇ ਵਿੱਚ ਤੁਸੀਂ ਵੀ ਆ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਾ ਸਕਦੇ ਹੋ। ਮੁਫਤ ਲੈਂਜ ਦਿੱਤੇ ਜਾਣਗੇ, ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਅੱਜ 11 ਫਰਵਰੀ ਨੂੰ ਜਿਹੜਾ ਆ ਇਹ ਅੱਖਾਂ ਦਾ ਕੈਂਪ ਜਿਹੜਾ ਆ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ ਦੇ ਉੱਪਰ ਚੱਲ ਰਿਹਾ ਹੈਗਾ ਆ, ਔਰ ਇਹ ਜਿਹੜਾ ਪ੍ਰੋਗਰਾਮ ਆ 21-22-23 ਅਤੇ 24 ਫਰਵਰੀ ਦਿਨ, ਮਤਲਬ ਇੰਨੇ ਦਿਨ ਜਿਹੜਾ ਇਹਨਾਂ ਤਰੀਕਾਂ ਨੂੰ ਕਰਵਾਇਆ ਜਾ ਰਿਹਾ ਆ। ਅਤੇ 13ਵਾਂ ਕਬੱਡੀ ਟੂਰਨਾਮੈਂਟ ਜਿਹੜਾ ਆ ਕਿ ਮਿਤੀ 27 ਫਰਵਰੀ 2024 ਦਿਨ ਮੰਗਲਵਾਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਗਰਚਾ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆ। ਹੋਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਤਿੰਦਰ ਸਿੰਘ 98-141-33-052, ਜਗਜੀਤ ਸਿੰਘ ਜੱਗੀ 98-157-84-324 ਅਤੇ ਅਵਤਾਰ ਸਿੰਘ 98-721-21-617 ਨੰਬਰ 'ਤੇ ਤੁਸੀਂ ਕਾਲ ਕਰਕੇ ਹੋਰ ਕੋਈ ਵੀ ਜਾਣਕਾਰੀ ਆ ਜਿਹੜੀ ਉਹ ਤੁਸੀਂ ਲੈ ਸਕਦੇ ਹੋ। ਅਤੇ ਜਿਹੜਾ ਨਗਰ ਕੀਰਤਨ ਆ, ਨਗਰ ਕੀਰਤਨ ਦੇ ਵਿੱਚ ਇੱਕ ਪ੍ਰਬੰਧਕਾਂ ਵੱਲੋਂ ਇੱਕ ਹਦਾਇਤ ਦਿੱਤੀ ਗਈ ਆ ਕਿ ਬਿਨਾਂ ਬੁਲਾਏ ਪ੍ਰਚਾਰਕ ਨੂੰ ਟਾਈਮ ਦੇਣ ਦੇ ਪਾਬੰਦ ਨਹੀਂ ਹੋਣਗੇ, ਇਸ ਕਰਕੇ ਜਿਹੜਾ
ਧਿਆਨ ਨਾਲ ਆਇਓ ਜਾਂ ਪ੍ਰਬੰਧਕ ਕਮੇਟੀ ਨਾਲ ਗੱਲ ਕਰਕੇ ਹੀ ਆਉਣਾ ਤੁਹਾਡਾ ਠੀਕ ਰਹੇਗਾ। 21 ਫਰਵਰੀ ਦਿਨ ਬੁੱਧਵਾਰ ਨੂੰ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਹੋਣਗੇ ਅਤੇ 22 ਫਰਵਰੀ ਨੂੰ ਨਗਰ ਕੀਰਤਨ 10 ਵਜੇ ਆਰੰਭ ਹੋਏਗਾ। 23 ਫਰਵਰੀ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ 24 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਏਗਾ। 10 ਵਜੇ ਭਾਈ ਸੁਖਦੇਵ ਸਿੰਘ ਜੀ ਕੀਰਤਨ ਕਰਨਗੇ। 27 ਫਰਵਰੀ ਦਿਨ ਮੰਗਲਵਾਰ ਨੂੰ ਕਬੱਡੀ ਮੈਚ ਕਰਵਾਏ ਜਾਣਗੇ ਅਤੇ 28 ਫਰਵਰੀ 2024 ਦਿਨ ਬੁੱਧਵਾਰ ਨੂੰ ਹਾਲਟ ਦੇ ਸ਼ੌਕੀਨਾਂ ਦੇ ਲਈ ਵੀ ਜਿਹੜੀਆਂ ਉਹ ਹਾਲਟ ਦੀਆਂ ਜਿਹੜੀਆਂ ਦੌੜਾਂ ਹੈਗੀਆਂ ਉਹ ਹੋਣਗੀਆਂ। ਸੋ ਇਹਦਾ ਤਰੀਕਾਂ ਨੂੰ ਯਾਦ ਰੱਖਣਾ, ਜੋ ਅੱਖਾਂ ਦਿਖਾਉਣਾ ਚਾਹੁੰਦੇ ਨੇ ਆਪਣੀਆਂ ਉਹ ਇਸ ਵਕਤ ਜਿਹੜਾ ਆ ਤੁਰੰਤ ਤੁਸੀਂ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ 'ਤੇ ਪਹੁੰਚੋ, ਆਪਣੀਆਂ ਅੱਖਾਂ ਦਾ ਚੈੱਕਅਪ ਕਰਾ ਸਕਦੇ ਹੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 98763-79-499।